जिला गुरदासपुर के सरहदी कस्बा दीनानगर अधीन पैंदे मकौड़ा पतन रावी दरिया के परले सत पिंड मुड़ तो लवारिस हो गए ने। एक बार फिर प्रशासन वालों लोगों नूं उन्हां दे हाल ते छड़ दिता गया अते इस वार 15 दिन पहला ही आरजी पंटून पुल दरिया तो चुक लिया गया। एक बार फिर तो दीनानगर के मकौड़ा पत्तन पारले सत पिंडां दे लोकां नूं इस बेड़ी दे सहारे छड़ दिता गया। देर सवेर किसी मुश्किल घड़ी विच इन्हां लोकां दी सार लैण हुण प्रशासन भी नहीं बौड़ेगा। पत्तन पारले पिंडां दे इह हालात मुल्क आजाद होण तो बाद ही इस तरह दे ने। कई सरकारां आईआं ते गईआं पर किसी ने इन्हां दी सार ना लई। सियासी लीडरां लई तां इह लोक बस वोटां ही ने। जदों मुल्क आजाद होया उस वेले रावी दरिया तो पार 14 पिंड वसदे सन जिन्हां विच हजारां दी वसों सी। अपने इन्हां हालातां तों दुखी हो के बहुते पिंडां नूं लोक छड के जा चुके ने। बाकी बचे 7 पिंडां दी आबादी जो पहलां 10,000 दे करीब सी हुण महज 2,500 दे करीब ही रह गई है। कई सरकारां आईआं पर दरिया ते पक्का पुल बनाउण दा वादा वफा नहीं होया। इन्हां पिंडां दे लोकां दी इक्को मंग है कि इस जगह ते पक्का पुल बनाया जावे ता जो ओ भी अपने आप नूं भारत देश दा हिस्सा समझ सकण। इत्थे जिहड़ा लोकां दा भविख है ना जी ओ बड़ा एक गंधला जिहा। ना ते इत्थे बच्चियां दी पढ़ाई दा साधन है, ना इत्थे कोई अपने सेहत सहूलतां लई कोई होस्पिटल है, ते रब आसरे जिहड़ी जिंदगी आ लोकां दी चलदी पई है। हुण पिछले दिनां च जिहड़ी इलैक्शन होई आ जी अपने विधान सभा दी, ਉਹਦੇ ਵਿੱਚ ਲੋਕਾਂ ਨੇ ਰੋਸ ਪੱਖੋਂ ਮਤਲਬ ਬਾਈਕਾਟ ਕੀਤਾ ਸੀਗਾ, ਇਲੈਕਸ਼ਨ ਦਾ ਮੁਕੰਮਲ ਬਾਈਕਾਟ ਕੀਤਾ ਸੀਗਾ। ਅਤੇ ਉਸ ਤੋਂ ਬਾਅਦ ਸਰਕਾਰਾਂ 'ਚ ਹਿਲਜੁਲ ਹੋਈ ਸੀਗੀ। ਉਹ ਕਹਿੰਦੀਆਂ ਕਿ ਮਤਲਬ ਅਸੀਂ ਜਿਹੜਾ ਪੱਕੇ ਪੁਲ ਦਾ ਪ੍ਰੋਜੈਕਟ ਆ ਉਹ ਪਾਸ ਕਰ ਦਿੱਤਾ, ਇੱਥੇ ਰੌਲਾ ਪਾਉਂਦੇ ਆ, ਪ੍ਰਸ਼ਾਸਨ ਆਉਂਦਾ ਵਾ ਲਾਰੇ 'ਚ ਲਾ ਕੇ ਚਲਾ ਜਾਂਦਾ। ਹਾਲੀ ਤੱਕ ਉਸ ਪੁਲ ਦਾ ਕੋਈ ਵੀ ਮਤਲਬ ਵੀ ਕਾਰੋਬਾਰ ਸ਼ੁਰੂ ਨਹੀਂ ਹੋਇਆ। ਥੋੜ੍ਹਾ ਪਾਣੀ ਚੱਲ ਜਾਂਦਾ ਕੰਮ। ਲੋਕ ਤੁਹਾਨੂੰ ਫੋਨ ਕਰਦੇ ਆ ਜਾਂ ਬੇਰੀ ਪਾਉਣ ਵਾਸਤੇ ਜਾਂ ਨਹੀਂ ਪਾਉਂਦੇ? ਜਦੋਂ ਕੋਈ ਅਵੀ ਨਵੀ ਹੋ ਜਾਂਦੀ ਉਦੋਂ ਫਿਰ ਆਣੇ ਪੈਂਦਾ ਸਰ, ਕਿ ਮੁੱਕੇ ਆਣੇ ਪੈਂਦਾ ਸਰ, ਜੋ ਉਹਦੀ ਗੱਲ ਹੋਈ ਫਿਰ ਆਣੇ ਪੈਂਦਾ। ਜਦੋਂ ਬੇੜੀ ਚੱਲਦੀ ਰਹੀ ਆਪਾਂ ਪਾਣੀ ਚਲਾ ਨਹੀਂ ਜਾ ਪਾਣੀ ਫਿਰ ਮੁਸ਼ਕਲ ਹੈ। ਹਾਲਾਂਕਿ ਇਸ ਜਗ੍ਹਾ ਤੇ ਵਿਭਾਗ ਵੱਲੋਂ ਹਰ ਸਾਲ ਆਰਜ਼ੀ ਪਲਟੂਨ ਪੁੱਲ ਅਕਤੂਬਰ ਨਵੰਬਰ ਮਹੀਨੇ ਵਿੱਚ ਪਾਇਆ ਜਾਂਦਾ ਹੈ ਅਤੇ ਬਰਸਾਤੀ ਮੌਸਮ ਆਉਣ ਤੇ ਚੁੱਕ ਲਿਆ ਜਾਂਦਾ ਹੈ, ਜੋ ਕਿ ਦਰਿਆ ਦੇ ਆਰ ਪਾਰ ਜਾਣ ਦਾ ਇੱਕਮਾਤਰ ਸਾਧਨ ਹੁੰਦਾ ਹੈ। ਜਿਸ ਰਾਹੀਂ ਪਾਰ ਰਹਿੰਦੇ ਕਿਸਾਨ ਆਪਣੇ ਟਰੈਕਟਰ ਟਰਾਲੀਆਂ ਵਿੱਚ ਖੇਤੀ ਲਈ ਲੋੜੀਂਦਾ ਸਮਾਨ ਲੈ ਕੇ ਜਾਂਦੇ ਨੇ। ਪਰ ਇਸ ਵਾਰ ਪ੍ਰਸ਼ਾਸਨ ਦੇ ਵੱਲੋਂ 15 ਦਿਨ ਪਹਿਲਾਂ ਹੀ ਪਲਟੂਨ ਪੁੱਲ ਚੁੱਕ ਲਿਆ ਗਿਆ, ਜਿਸ ਨਾਲ ਕਿਸਾਨਾਂ ਨੂੰ ਭਾਰੀ ਨੁਕਸਾਨ ਝੱਲਣਾ ਪੈ ਰਿਹਾ। ਪਹਿਲੇ ਕਾਫੀ ਵਾਧੀ ਹੁੰਦੀ ਰਹੀ 10-15 ਹਜ਼ਾਰ ਵਾਧੀ, ਹੁਣ ਤੇ ਵਾਧੀ 3,500 ਰਹਿ ਗਈ ਹੈ ਜੀ। ਲੋਕੀ ਮਜਬੂਰੀ ਵਜੋਂ ਇੱਧਰ ਆ ਗਏ ਜੀ। ਕੀ ਕਾਰਨ ਲੱਗਦੇ ਹੋ? ਕਾਰਨ ਸੁਵਿਧਾ ਨਹੀਂ ਜੀ, ਸਰਕਾਰਾਂ ਦਾ ਕੋਈ ਧਿਆਨ ਨਹੀਂ ਜੀ। ਉਧਰ ਮਤਰੇਈ ਮਾਂ ਵਾਲਾ ਸਲੂਕ ਆ ਸਾਡੇ ਨਾਲ ਜੀ, ਇਸੇ ਵਿਸ਼ੇਸ਼ ਨੀਤੀ ਦੀ ਲੋੜ ਆ ਜੀ। ਅਸੀਂ ਬਹੁਤ ਪਿਛੜ ਗਏ ਹਾਂ, 100 ਸਾਲ ਪਿੱਛੇ ਪੈ ਗਏ ਹਾਂ। ਇਸੇ ਵਿਸ਼ੇਸ਼ ਧਿਆਨ ਦੀ ਲੋੜ ਆ ਵੀ ਵਿਸ਼ੇਸ਼ ਸਰਕਾਰ ਧਿਆਨ ਦੇ ਤੇ ਵਿਸ਼ੇਸ਼ ਕੋਈ ਸਪੈਸ਼ਲ ਜਿੱਦਾਂ ਪਹਾੜੀ ਏਰੀਏ 'ਚ ਹੁੰਦਾ ਜੀ, ਉਹ ਸਿਸਟਮ ਨਾਲ ਸਾਡਾ ਸੁਧਾਰ ਹੋਇਆ ਜੀ। ਜ਼ਿਕਰਯੋਗ ਹੈ ਕਿ ਮਕੌੜਾ ਪੱਤਣ ਤੇ ਦੋ ਦਰਿਆਵਾਂ ਦਾ ਮੇਲ ਹੁੰਦਾ ਹੈ, ਇੱਕ ਜੰਮੂ ਕਸ਼ਮੀਰ ਤੋਂ ਆਉਂਦਾ ਬਰਸਾਤੀ ਦਰਿਆ ਉਂਝ ਤੇ ਦੂਜਾ ਸ਼ਿਵਾਲਿਕ ਦੀਆਂ ਪਹਾੜੀਆਂ ਚੋਂ ਨਿਕਲ ਕੇ ਮਾਧੋਪੁਰ ਤੋਂ ਹੁੰਦਾ ਹੋਇਆ ਸਦਾ ਬਹਾਰ ਦਰਿਆ ਰਾਵੀ ਦੋਵੇਂ ਇਸ ਜਗ੍ਹਾ ਆ ਕੇ ਮਿਲਦੇ ਨੇ ਅਤੇ ਇੱਕ ਝੀਲ ਦਾ ਰੂਪ ਧਾਰਨ ਕਰ ਲੈਂਦਾ। ਸੋ ਲੋੜ ਹੈ ਕਿ ਇਹਨਾਂ ਪਿੰਡਾਂ ਦੇ ਲੋਕਾਂ ਨੂੰ ਸਰਕਾਰਾਂ ਮਹਿਜ਼ ਵੋਟਾਂ ਨਾ ਸਮਝ ਕੇ ਇਹਨਾਂ ਦੇ ਹੱਕ ਅਤੇ ਪਰੇਸ਼ਾਨੀ ਨੂੰ ਸਮਝਦਿਆਂ ਦਰਿਆ ਤੇ ਪੱਕਾ ਪੁੱਲ ਬਣਾ ਕੇ ਦੇਣ, ਤਾਂ ਜੋ ਇਹਨਾਂ ਲੋਕਾਂ ਨੂੰ ਵੀ ਇਸ ਮੁਲਕ ਦੇ ਵਾਸ਼ਿੰਦੇ ਹੋਣ ਦਾ ਅਹਿਸਾਸ ਹੋਵੇ। ਦੀਨਾਨਗਰ ਤੋਂ ਰਵੀ ਬਖਸ਼ ਸਿੰਘ ਅਸ਼ਰੀ ਦੇ ਨਾਲ ਪੀਟੀਸੀ ਨਿਊਜ਼। ਉਮੀਦ ਇਹੀ ਹੈ ਕਿ ਸਰਕਾਰ ਇਹਨਾਂ ਦੇ ਮਸਲੇ ਨੂੰ ਜਲਦ ਹੀ ਹੱਲ ਕਰੇਗੀ। ਅੱਗੇ ਵਧਦੇ ਹਾਂ ਤੇ ਹੁਣ ਗੱਲ ਕਰਾਂਗੇ ਦੁਆਬਾ ਖੇਤਰ ਦੀਆਂ ਖਬਰਾਂ ਦਾ। ਹੁਸ਼ਿਆਰਪੁਰ ਦੇ ਟਾਂਡਾ ਦੇ ਵਿੱਚ ਦੁਆਬਾ ਕਿਸਾਨ ਜਥੇਬੰਦੀ ਦੇ ਵੱਲੋਂ ਕੰਡੀ ਕਨਾਲ ਨਹਿਰ 'ਚੋਂ ਜ਼ਮੀਨੀ ਪਾਣੀ ਦੇ ਰਿਸਾਅ ਨੂੰ ਰੋਕੋ ਲਈ ਰਹਿਰ ਦੇ ਤਲੇ ਤੇ ਲਗਾਈ ਜਾ ਰਹੀ ਪੋਲੀਥੀਨ ਦੇ ਕੰਮ ਰੋਕਣ ਲਈ ਕਿਸਾਨ ਲਾਮਬੰਦ ਹੋ ਗਏ। ਕਿਸਾਨਾਂ ਨੇ ਪੰਜਾਬ ਸਰਕਾਰ ਖਿਲਾਫ ਆਪਣਾ ਰੋਸ ਜ਼ਾਹਰ ਕਰਨ ਲਈ ਟਰੈਕਟਰ ਰੈਲੀ ਕੱਢ ਕੇ ਸਰਕਾਰ ਦੇ ਇਸ ਪ੍ਰੋਜੈਕਟ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਤੇ ਕਿਸਾਨਾਂ ਦਾ ਕਹਿਣਾ ਹੈ ਕਿ ਨਹਿਰਾਂ ਦਾ ਤਲਾ ਜੇਕਰ ਕੱਚਾ ਰੱਖਿਆ ਜਾਂਦਾ ਹੈ ਤਾਂ ਜ਼ਮੀਨੀ ਪਾਣੀ ਦੀ ਰਿਚਾਰਜਿੰਗ ਹੁੰਦੀ ਹੈ।
ਅਤੇ ਕਿਸਾਨਾਂ ਨੂੰ ਪਾਣੀ ਦੀ ਸਮੱਸਿਆ ਪੈਦਾ ਨਹੀਂ ਹੁੰਦੀ ਪਰ ਹੁਣ ਤਾਂ ਸਰਕਾਰ ਇਸ ਕੁਦਰਤੀ ਵਰਤਾਰੇ ਨੂੰ ਹੀ ਬੰਦ ਕਰਨਾ ਚਾਹੁੰਦੀ ਹੈ ਜੋ ਨਹੀਂ ਹੋਣ ਦੇਣਗੇ ਕਿਸਾਨਾਂ ਨੇ ਸਰਕਾਰ ਨੂੰ ਚੇਤਾਵਨੀ ਵੀ ਦੇ ਦਿੱਤੀ ਹੈ ਕਿ ਉਹ ਇਸ ਪ੍ਰੋਜੈਕਟ ਨੂੰ ਰੋਕ ਦੇਣ ਨਹੀਂ ਤਾਂ ਉਹਨਾਂ ਵੱਲੋਂ ਹੋਰ ਵੱਡੇ ਪੱਧਰ ਉੱਤੇ ਸੰਘਰਸ਼ ਉਲੀਕਿਆ ਜਾਵੇਗਾ सरकार ने वादा किया कि जिन्या भी पंजाब के नहर सारिया थलो कच्ची रखी जा संबंध के मस्तीवाल नहर से जो धरना लगा हुआ अज दो महीने तो उपर समा हो गया तो इस संबंध के पिछले दिन ही असी कुलदीप सिंह धालीवाल ने भी मीटिंग की ब्रह्म शंकर जैंपा के घर का घराओ भी किया और उन्होंने गल मनी भी सी और नहरी विभाग को कहा भी कि जरा इन नहर का थला जरा वो कच्चा रखा जाएगा पर हाले तक जो नोटिफिकेशन जारी नहीं हुआ उस मार्च कढ़ते हुए भी असी मस्तीवाल नहर से पुजना है तो सरकार दियाँ अखा के उपरों पट्टी खोलनी है तो सरकार को सरकार की नींद पुजना तो अगला संघर्ष फिर दिखाई होएगा फिर चंडीगढ़ कूच करा मुख्यमंत्री कोठी घेरा मेला हो चल रहा है एक ब्रेक का जल्द हाजिर होने हैं।